बहुत ही हैरान कर देने वाला मामला सामने आया है। 11 महीनों की बच्ची नू मार के एक माँ अपने प्रेमी दे नाल भज गई है। जी हाँ, 11 महीने की बच्ची नू नींद दियां गोलियां दे के माँ रात वेले मौका देख अपने प्रेमी दे नाल फरार हो गई। इश्क दे विच अन्नी होई माँ ने अपनी बच्ची का कतल कर दिता। दस दिए कि पूरे परिवार नू रात दे खाने दे विच यानी कि डिनर दे विच नींद दियां गोलियां पा के सुला दिता, पर उस नींद दियां गोलियां दा 11 महीने की बच्ची ते बुरा असर होया। बच्ची बीमार हो गई ते उसने अस्पताल दे विच अपना दम तोड़ दिता। माँ हुण तक फरार है। प्रेम संबंध चल रहे सी जिस दे चलदे रोज़ाना घर दे विच कलेश हुंदे सी, तां बच्ची की माँ अते उसदे प्रेमी ने प्लैन बनाया, नींद दियां गोलियां अपने पूरे परिवार नूं खाने दे विच पा के दे दित्तियां, जिस करके पूरा परिवार रात वेले गहरी नींद च सो गया। तो सवेरे जब परिवार उठाया तो ना घरे माँ सी, तो बच्ची की हालत बहुत बुरी सी। उसनू अस्पताल दे विच दाखिल करवाया गया, पर बच्ची की 11 महीने की मासूम बच्ची की मौत हो गई। तो मामला अमृतसर के पिंड कक्कड़ का दसिया जा रहा है, जिथे एक माँ ने अपनी ही बच्ची का कतल कर दिता है। उसने पूरे परिवार को नींद दियां गोलियां दित्तियां सी। ये नींद दियां गोलियां 11 महीने की बच्ची लई जहर का काम कर गई। बच्ची की जान चली गई है। औरत का नाम लक्ष्मी है जो कि अपने प्रेमी के नाल फरार हो गई है। हुण पुलिस उसनू लभण दे विच थां थां नाके लगा रही है। तो दस दिए कि बच्ची का पिता बच्ची की लाश हत्थां दे विच लै के इंसाफ मांग रहा है अस्पताल के बाहर खड़ा। आओ बच्ची के पिता का की कहना है इस उपर जान दें। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਨਾਂ ਹੀਰਾ ਸਿੰਘ, ਪਿੰਡ ਕੱਕੜ ਦਾ ਰਹਿਣ ਵਾਲਾ ਵਾਂ। ਕੀ ਗੱਲਬਾਤ ਕੀ ਹੋਈ ਜੀ ਤੁਹਾਡੇ ਨਾਲ? ਗੱਲਬਾਤ ਭਾਜੀ, ਮੇਰਾ ਵਿਆਹ ਹੋਇਆ, ਸ਼ਾਦੀ ਹੋਈ ਹੈ, 2 ਸਾਲ ਹੋ ਗਏ ਵਾ। ਮੇਰੀ ਇੱਕ ਬੇਟੀ ਨਿਮਰਤ ਕੌਰ, ਮੇਰੀ ਘਰ ਦੀ ਦਾ ਕਿਸੇ ਮੁੰਡੇ ਨਾਲ ਚੱਕਰ, ਉਹਦੇ ਨਾਲ ਗਈ ਨਿਕਲ। ਸ਼ਨੀਵਾਰ ਤੜਕੇ 5 ਵਜੇ ਗਈ ਵਾ, ਮੈਨੂੰ, ਮੇਰੇ ਭਰਾ ਨੂੰ, ਮੇਰੀ ਬੱਚੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਗਈ ਵਾ। ਚਲੋ ਅਸੀਂ ਸਿਆਣੇ ਹਾਂ, ਗੋਲੀ ਝੱਲ ਗਏ, ਬੱਚੀ ਛੋਟੀ ਹੋਣ ਕਾਰਨ ਉਹਦੀ ਡੈਥ ਹੋ ਗਈ ਗੋਲੀਆਂ ਦੇ ਨਾਲ। ਆਪਾਂ ਇਨਸਾਫ ਮੰਗਦੇ ਆ। ਹੁਣ ਇੱਥੇ ਹੀ ਲੋਪੋ ਕੇ ਥਾਣੇ ਆ, ਹਾਲੇ ਕਾਰਵਾਈ ਚੱਲ ਰਹੀ ਆ। ਕਾਰਵਾਈ, ਆਪਾਂ ਨੂੰ ਇਨਸਾਫ ਚਾਹੀਦਾ ਵਾ। ਦਿੱਤੀਆਂ ਗਈਆਂ, ਇਹ ਮੁੰਡੇ ਨੇ ਲਿਆ ਦਿੱਤੀਆਂ ਜਿਹਦੇ ਨਾਲ ਗਈ ਆ। ਕਰ ਰਹੀ ਆ, ਬਾਕੀ ਸਾਨੂੰ ਕੁਛ ਨਹੀਂ ਕਰ ਰਹੀ, ਕੁਛ ਨਹੀਂ ਕਰ ਰਹੀ। ਆਪਾਂ ਨੂੰ ਇਨਸਾਫ ਚਾਹੀਦਾ ਵਾ, ਫੁੱਲ ਇਨਸਾਫ ਚਾਹੀਦਾ ਵਾ। ਹਾਂਜੀ, ਪੈ ਰਿਹਾ ਆ। ਮੇਰਾ ਨਾਂ ਜੀ ਸ਼ੇਰਾ ਆ, ਪਿੰਡ ਮੇਰਾ ਕੱਕੜ ਆ। ਗੱਲਬਾਤ ਕੀ ਹੋਈ ਜੀ ਤੁਹਾਡੇ ਨਾਲ? ਗੱਲਬਾਤ ਇੱਦਾਂ ਹੋਈ ਆ ਜੀ, ਅਸੀਂ ਮਤਲਬ ਦੋਵੇਂ ਬ੍ਰਦਰ ਆ ਘਰ ਦੇ ਵਿੱਚ, ਸਾਡੇ ਮੰਮੀ ਡੈਡੀ ਨਹੀਂ ਹੈਗੇ, ਠੀਕ ਆ। ਅਤੇ ਸਾਡਾ ਛੋਟੇ ਬ੍ਰਦਰ ਦੀ ਵਿਆਹ ਹੋਇਆ, 2 ਸਾਲ ਵੀ ਨਹੀਂ ਹੋਏ ਹਾਲੇ ਪੂਰੇ, ਅਤੇ ਮਾਰਚ ਦੇ ਵਿੱਚ 2 ਸਾਲ ਹੋਣੇ ਆ। ਅਤੇ ਇਹ ਮਤਲਬ ਸੰਬੰਧ ਇਹਦੇ ਗਲਤ, ਮਤਲਬ ਲਾਗੇ ਗਵਾਂਢੀਆਂ ਦਾ ਮੁੰਡਾ ਅਤੇ ਉਹਦੇ ਨਾਲ ਗਲਤ ਸੰਬੰਧ ਰੱਖਦੀ ਸੀ। ਅਸੀਂ ਡੱਕਦੇ ਹਾਂ ਅਤੇ ਨਹੀਂ ਹੀ ਹਟਦੀ, ਮੈਂ ਇਹ ਕਰਨਾ ਹੀ ਕਰਨੇ ਆ, ਜੋ ਮਰਜ਼ੀ ਕਰ ਲਓ, ਜਿੱਦਾਂ ਮਰਜ਼ੀ ਕਰ ਲਓ। ਅਤੇ ਉਹਦੀ ਬੇਟੀ ਨੂੰ ਵੀ ਨੀਂਦ ਦੀਆਂ ਗੋਲੀਆਂ, ਆਪਣੀ ਬੇਟੀ ਨੂੰ ਵੀ ਨੀਂਦ ਦੀਆਂ ਗੋਲੀਆਂ, ਅਤੇ ਸਾਨੂੰ ਦੋਵਾਂ ਭਰਾਵਾਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ, ਅਤੇ ਕੁੜੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਅਸੀਂ ਲਈ ਫਿਰਦੇ ਰਹੇ ਹੋਸਪਿਟਲ ਦੇ ਵਿੱਚ। ਫਿਰ ਭਾਜੀ ਉਹਦੀ ਲੜਕੀ ਦੀ ਜਿਹੜੀ ਮਤਲਬ ਅੱਜ ਦੀ ਗੱਲ ਆ, 2:30 ਵਜੇ ਅਸੀਂ ਮਤਲਬ ਦਵਾਈ ਦਵਾਈ ਕਰਾਉਂਦੇ ਰਹੇ ਹਾਂ, ਸਾਰਾ ਕੁਛ ਕਰਾਉਂਦੇ ਰਹੇ ਹਾਂ, ਅਤੇ ਉਹਦੀ ਲੜਕੀ ਦੀ ਡੈਥ ਹੋ ਗਈ 2:30 ਵਜੇ ਸਰ। ਪੁਲਿਸ ਜੀ ਕਹਿੰਦੀ ਆ ਕਿ ਕੋਈ ਨਹੀਂ ਆ, ਰਿਪੋਰਟ ਮੈਡੀਕਲ ਰਿਪੋਰਟ ਤੋਂ ਬਾਅਦ, ਉਹਦਾ ਮੁਲਾਜ਼ੇ ਤੋਂ ਬਾਅਦ ਅਸੀਂ ਤੁਹਾਡੀ ਕਾਰਵਾਈ ਪਾਈ ਜਾਊਗੀ। ਤਾਂ ਅਸੀਂ ਆਨੇ ਵੀ ਸਾਡੀ ਧੀ ਦੀ ਮਤਲਬ ਸਾਡੀ ਭਰਾ ਦੀ ਜਿਹੜੀ ਬੇਟੀ ਆ ਉਹਦੀ ਮੌਤ ਹੋ ਗਈ, ਸਾਨੂੰ ਇਨਸਾਫ ਚਾਹੀਦਾ ਉਹਦਾ, ਅਸੀਂ ਇਨਸਾਫ ਮੰਗਦੇ ਉਹਦਾ। ਮਾਂ ਲਕਸ਼ਮੀ ਕੌਰ, ਹਾਂਜੀ, ਉਹ ਚਲੇ ਗਈ ਆ ਘਰੋਂ, ਅਤੇ 11 ਮਹੀਨੇ ਦੀ ਬੱਚੀ ਜਿਹੜੀ ਘਰ ਆਪਦੇ ਛੱਡ ਗਈ ਸੀ। ਹਾਂਜੀ, ਇਹ ਹੁਣ ਪਰਿਵਾਰ ਕਹਿੰਦਾ ਵੀ ਉਹ ਨੀਂਦ ਵਾਲੀ ਉਹਨੂੰ ਗੋਲੀ ਵਗੈਰਾ ਦੇ ਗਈ ਸੀ। ਹਾਂਜੀ, ਸਾਰੇ ਨੂੰ ਆਉਂਦੇ ਦੇ ਗਏ ਤੇ ਭੱਜ ਗਈ, ਜਿਹਦੇ ਕਰਕੇ ਉਹਦੀ ਡੈਥ ਹੋਈ ਆ। ਹੁਣ ਇਹ ਪੋਸਟਮਾਰਟਮ ਕਰਾ ਕੇ ਅਗਲੀ ਕਾਰਵਾਈ ਕਰ ਰਹੇ ਹਾਂ, ਜੋ ਵੀ ਜਿੱਦਾਂ ਦੇ ਹਾਲਾਤ ਪਾਏ ਗਏ ਉੱਦਾਂ ਦੀ ਕਾਰਵਾਈ ਅਮਲ 'ਚ ਲਿਆਉਂਦੀ ਜਾਊਗੀ।